ਨਮਸਕਾਰ ਦੋਸਤੋ, ਤੁਸੀਂ ਦੇਖ ਰਹੇ ਹਾਂ ਫਾਸਟ ਵੇਅ ਸੰਦੇਸ਼। ਅੱਜ ਅਸੀਂ ਪਹੁੰਚੇ ਹਾਂ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਅੱਡਾ ਸ਼ਿਕਾਰ ਦੇ ਵਿੱਚ, ਜਿੱਥੇ ਕਿ ਸੱਕੀ ਨੂੰ ਲੈ ਕੇ ਬਹੁਤ ਹੀ ਪਿੰਡਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ। ਪਹਿਲਾਂ ਵੀ ਸੱਕੀ ਦੇ ਉੱਤੇ ਦੀ ਸੜਕ ਜਿਹੜੀ ਸੀਗੀ ਨੀਵੀਂ ਸੀਗੀ, ਨਿਵਾਣ ਹੋਣ ਦੇ ਕਾਰਨ ਸਾਲ 'ਚ 2 ਵਾਰੀ ਜਾਂ 3 ਵਾਰੀ ਪਾਣੀ ਬਹੁਤ ਜ਼ਿਆਦਾ ਭਾਰੀ ਮਾਤਰਾ 'ਚ ਆਉਂਦਾ ਆ। ਕਾਫੀ ਕਿੱਲਿਆਂ ਦੇ ਹਿਸਾਬ ਦੇ ਨਾਲ, ਪੈਲੀਆਂ ਦੇ ਇੱਕ ਏਕੜਾਂ ਦੇ ਹਿਸਾਬ ਦੇ ਨਾਲ ਨੁਕਸਾਨ ਪਹਿਲਾਂ ਵੀ ਹੁੰਦਾ ਰਿਹਾ ਵਾ, ਪਰ ਹੁਣ ਜੋ ਆ 10-10 ਫੁੱਟ ਹੋਰ ਸੜਕ ਉੱਪਰ ਚੁੱਕਣ ਦੇ ਕਾਰਨ 6000 ਏਕੜ ਦਾ ਨੁਕਸਾਨ ਜੋ ਆ ਹੋ ਸਕਦਾ ਆ। ਹਾਲਾਂਕਿ DC ਸਾਹਿਬ ਨੂੰ ਵੀ ਕੀ ਨਾਲ ਇਹਦੇ ਅਪੀਲ ਕੀਤੀ ਸੀ, ਐਪਲੀਕੇਸ਼ਨ ਲਿਖ ਕੇ ਦਿੱਤੀ ਸੀ। ਅੱਜ ਕਿਸਾਨ ਜਥੇਬੰਦੀਆਂ ਸਾਡੇ ਨਾਲ ਮੌਜੂਦ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕੀ ਕਹਿਣਾ ਉਹਨਾਂ ਦਾ, ਅਤੇ ਪੁਲ ਦੀ ਮੰਗ ਨੂੰ ਲੈ ਕੇ ਅੱਜ ਜੋ ਆ ਇੱਥੇ ਕਿਸਾਨ ਜਥੇਬੰਦੀਆਂ ਜੋ ਆ ਇਕੱਠੀਆਂ ਹੋਈਆਂ ਹਨ, ਤਾਂ ਕਿ ਪੁਲ ਜੋ ਬਹੁਤ ਹੀ ਤੰਗ ਹੈ। ਅਪੀਲ ਕਰਦੀ ਹੈ ਸਰਕਾਰ ਦੇ ਗਾੜੀ ਕਿ ਜੋ ਪੁਲ ਆ ਪੁਲ ਨੂੰ ਥੋੜ੍ਹਾ ਜਿਹਾ ਵੱਡਾ ਕੀਤਾ ਜਾਵੇ ਤਾਂ ਜੋ ਕਿ ਪਾਣੀ ਸਿੱਧਾ ਸਿੱਧਾ ਲੰਘ ਸਕੇ। ਕਾਫੀ ਪਿੰਡ ਵੱਜਦੇ ਨੇ, ਜਿਵੇਂ ਰਸੀਕਾ ਤੱਲਾ ਵੱਜਦਾ ਆ, ਡੇਢ ਗਵਾਰ ਵੱਜਦਾ ਆ, ਅੱਗੇ ਨਵੀਂ ਨਗਰ ਵੱਜਦਾ ਆ, ਤਲਵੰਡੀ ਗ੍ਰਾਂ ਵੱਜਦਾ ਆ, ਬਲੌਰਪੁਰ ਦੀਆਂ ਪੈਲੀਆਂ ਜੋ ਆ ਖੇਤ ਇੱਧਰ ਨੇ ਸਾਰੇ ਹੀ, ਔਰ ਘੁੰਮਣਾ ਦੇ ਖੇਤ ਵੀ ਇੱਧਰ ਹੀ ਨੇ ਸਾਰੇ, ਔਰ ਅੱਗੇ ਡੇਰੀ ਪਠਾਣੀ ਪਿੰਡ ਪੈ ਜਾਂਦਾ, ਸ਼ਿਕਾਰ ਮਾਸੀਆਂ ਪਿੰਡ ਪੈ ਜਾਂਦਾ। ਕਾਫੀ ਮਾਤਰਾ ਦੇ ਵਿੱਚ ਜੋ ਆ ਨੁਕਸਾਨ ਨੂੰ ਪਹੁੰਚ ਸਕਦਾ ਹੈ ਪਾਣੀ ਦੇ ਕਾਰਨ। ਨਾਲ ਕਿਸਾਨ ਜਥੇਬੰਦੀਆਂ ਮੌਜੂਦ ਨੇ, ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਟਾਲਾ ਜਿਹੜਾ ਹਾਈਵੇ ਰੋਡ ਬਣ ਰਿਹਾ, ਪਹਿਲਾਂ ਤਾਂ ਨੀਵਾਂ ਸੀਗਾ ਅਤੇ ਆਪਣਾ ਪਾਣੀ ਜਿਹੜਾ ਬਰਸਾਤੀ ਪਾਣੀ ਆਉਂਦਾ ਸੀਗਾ ਅਤੇ ਸੜਕ ਦੇ ਉੱਤੋਂ ਹੀ ਨਿਕਲ ਜਾਂਦਾ ਸੀ, ਕਣਕਾਂ ਫਿਰ ਵੀ ਖਰਾਬ ਹੁੰਦੀਆਂ ਸੀ ਸਾਡੀਆਂ, ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੀ। ਹੁਣ ਤਾਂ 5 ਫੁੱਟ ਉੱਚਾ ਕਰ ਦਿੱਤਾ ਵਾ ਇਹ ਰੋਡ, ਅਤੇ ਇੱਕ ਪੁਲ ਜਿਹੜਾ ਡਾਇਰੈਕਸ਼ਨ 'ਚ ਨਹੀਂ ਬਣਾਇਆ ਅਤੇ ਪੁਲ ਵੀ ਬਹੁਤ ਜ਼ਿਆਦਾ ਛੋਟਾ ਵਾ ਬਣਾਇਆ, ਜਿਹਦੇ ਕਰਕੇ ਜਿੰਨੀ ਵੀ ਡਾਕ ਲੱਗੇਗੀ 5 ਤੋਂ 6 ਹਜ਼ਾਰ ਏਕੜ ਜ਼ਮੀਨ ਸਾਡੀ ਮਾਰੀ ਜਾਏਗੀ। ਉਸ ਦੇ ਸੰਬੰਧ ਵਿੱਚ ਸਾਰੇ ਭਰਾ ਅਸੀਂ ਇਕੱਠੇ ਹੋਏ ਹਾਂ ਅਤੇ ਆਪਣੇ ਪ੍ਰਧਾਨ ਸਾਹਿਬ ਵੀ ਸਾਰੇ ਇੱਥੇ ਸੱਦੇ ਨੇ, ਅਤੇ ਉਹ ਤੁਹਾਡੇ ਆਪੇ ਜੋ ਵੀ ਵਿਚਾਰ ਦੱਸਣਗੇ ਜੀ। ਵਾਹਿਗੁਰੂ ਜੀ ਦਾ ਖਾਲਸਾ ਜੀ ਕੀ ਫਤਿਹ। ਹੋਰ ਕੋਈ ਵੀ ਪਾਣੀ ਦੇ ਮਸਲੇ ਪਰੇਸ਼ਾਨੀ ਹੋ ਭਾਈ ਸਾਹਿਬ ਹੋਣਾ ਨੇ ਕੱਟਿਆ ਜਿਹੜਾ ਬਹੁਤ ਵਧੀਆ ਕੰਮ ਆ। ਬਾਕੀ ਜਿਹੜਾ ਸਾਡਾ ਹੈਗਾ ਉਹ ਛੋਟੇ ਬਲੋਕ ਨੂੰ ਜਿਹੜਾ ਰੋਡ ਜਾਂਦਾ ਵਾ, ਪਹਿਲਾਂ ਉੱਥੇ ਨਾਲੀ ਬਣੀ ਹੁੰਦੀ ਸੀ, ਪਾਣੀ ਨਿਕਲ ਜਾਂਦਾ ਸੀ, ਹੁਣ ਉੱਥੇ ਨਾ ਤਾਂ ਕੋਈ ਭੁੱਲੀ ਆ। ਜੇ ਪਾਣੀ ਉੱਧਰ ਆਏਗਾ ਤਲਵੰਡੀ ਤੋਂ ਸੱਕੀ ਨਿਕਲ ਆਏਗੀ, ਬਰਸਾਤ ਦਾ ਪਾਣੀ ਤਾਂ ਲੱਗੇਗਾ, ਅਤੇ ਇਹ ਤਾਂ ਪਾਣੀ ਜਿਹੜੇ 4-5 ਪਾਈ ਨੀ ਹੈਗੀ ਉਹਦੇ ਨਾਲ ਹੀ ਆ, ਉਹ ਉਹਨਾਂ ਨੇ ਪੁੱਟ ਦਿੱਤੀ ਆ, ਉਹ ਪਾਈ ਨੀ ਗਈ ਭਰਾ ਉਹਨਾਂ ਕਰਕੇ ਪਾ ਦਿੱਤੀ। ਜਿਹੜੀ ਚਾਕਾਂ ਜਦੋਂ ਛੋਟੇ ਬਲੌਰਪੁਰ ਨੂੰ ਜਾਈਦਾ ਆ ਤੇ ਮੇਨ ਰੋਡ ਦੇ ਵਿੱਚ ਪਈ ਪਿੱਛੇ ਪੁਰਾਣੀ ਨਕਸ਼ੇ ਵਾਲੀ ਦੀ ਉਹ ਪਈ ਹੈ ਕੁੜੀ। ਮੈਂ ਗੱਲ ਸਮਝਣ ਨਹੀਂ ਨਾ ਦਿਆ, ਮੈਨੂੰ ਸਮਝਾ ਦਿਓ ਨਾ। ਡਰੇਨ ਆਉਂਦੀ ਹੈ ਬਾਬੇ ਗਰੀਬਦਾਸ ਵਾਲੀ, ਹਾਂਜੀ, ਵਾਇਆ ਕਾਲਾ ਵਾਲੀ, ਹਾਂਜੀ, ਚਾਕਾਂ ਵਾਲੀ, ਹਾਂਜੀ, ਇੱਥੇ ਆਉਂਦੀ ਸੀ, ਹਾਂਜੀ, ਉਹ ਹੀ ਡਰੇਨ ਆ ਕਿ ਡਰੇਨ ਜਿਹੜਾ ਰਾਹ ਜਾਂਦਾ ਸੀ ਉਹ ਰਾਹ ਦੇ ਵਿੱਚ ਭੁੱਲੀ ਸੀ ਡਰੇਨ, ਉਹ ਹੁਣ ਇਹਨਾਂ ਪੁੱਟਦੀ ਹੈ ਤੇ ਬੰਦ ਕਰਦੀ, ਮਤਲਬ ਮਗਰਲੇ ਬੰਨੇ ਡਾਫ ਲਾ ਦਿੱਤੀ ਹੈ। ਮਹਾਰਾਜ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੇ ਕਿਸਾਨ ਸਾਥੀਓ, ਸਾਡੇ ਕਿਸਾਨ ਅਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਭੋਜਰਾਜ, ਹੋਰ ਵੀ ਸਾਥੀ ਆਏ ਨੇ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਵੀ, ਦਰਜਾ ਬਦਰਜਾ ਸਾਰੇ ਵੀਰ ਬੈਠੇ ਹੋ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਵੀਰੋ, ਕਿਉਂਕਿ ਇਹ ਰਾਵੀ ਦਰਿਆ ਦਾ ਇਲਾਕਾ ਵਾ, ਰਾਵੀ ਦਰਿਆ ਇੱਥੇ ਬਹੁਤ ਲੰਮਾ ਸਮਾਂ ਚੱਲਿਆ,
ਅਤੇ ਹੜ੍ਹਾਂ ਦਾ ਪ੍ਰੋਗਰਾਮ ਤਾਂ ਤਕਰੀਬਨ ਆਉਂਦਾ ਹੀ ਰਹੀਦਾ। ਇਹ ਗੱਲ ਸਾਡੇ ਇਕੱਲੇ ਸਾਨੂੰ ਨਹੀਂ ਪਤਾ, ਸਾਡੇ ਮਾਣਯੋਗ ਪੰਚਾਂ ਸਰਪੰਚਾਂ ਦੇ ਲੀਡਰਾਂ ਨੂੰ ਵੀ ਪਤਾ ਵਾ ਕਿ ਸਾਡੇ ਇਲਾਕੇ 'ਚ ਕੀ ਸਮੱਸਿਆਵਾਂ ਆਉਂਦੀਆਂ ਨੇ, ਕਿਉਂਕਿ ਸਾਰੇ ਅਸੀਂ ਇੱਥੋਂ ਦੇ ਜੰਮਪਲ ਹਾਂ। ਜਿਹੜਾ ਆਹ ਨਵਾਂ ਇੱਕ ਤੁਸੀਂ ਬੰਨ ਬੱਜ ਗਿਆ ਵਾ, ਜੇ ਤੁਸੀਂ ਬੰਨ ਬੱਜ ਗਿਆ, ਵੀਰ ਨੇ ਛੋਟੀ ਜਿਹੀ ਗੱਲ ਦੱਸ ਗਿਆ ਗੁਰਪ੍ਰੀਤ ਵੀ 5-4 ਹਜ਼ਾਰ ਕਿੱਲੇ ਦੀ ਰਕਮ ਜਿਹੜੀ ਫਸਲ ਆ ਖਰਾਬ ਹੋ ਜਾਣੀ ਆ, 5-4 ਹਜ਼ਾਰ ਦਾ ਮਤਲਬ 10 ਪਿੰਡ। ਮੈਂ 10 ਪਿੰਡਾਂ ਦੀ ਗੱਲ ਨਹੀਂ ਕਰਦਾ, ਜੇ ਇਹ ਬੰਨ ਇੱਦਾਂ ਹੀ ਰਿਹਾ ਤਾਂ ਹੋ ਸਕਦਾ ਇਹ ਡਾਫ ਦੂਰ ਤੱਕ ਮਾਰ ਕਰੇ, 100-150 ਪਿੰਡ ਦੀ ਫਸਲ ਦਾ ਨੁਕਸਾਨ ਕਰ ਸਕਦੀ ਆ, ਜਿੱਦਾਂ 93 'ਚ ਹੜ੍ਹ ਆਇਆ ਸੀ, ਜਿੱਦਾਂ 88 'ਚ ਹੜ੍ਹ ਆਇਆ ਸੀ। 5-4 ਹਜ਼ਾਰ ਕਿੱਲਾ ਤਾਂ ਜੇ ਨਾਰਮਲ ਮੀਂਹ ਵੀ ਪੈ ਜੇ ਤਾਂ ਤਾਂ ਵੀ ਬਰਬਾਦ ਹੋ ਜਾਣਾ ਵਾ। ਸੋ ਤੁਸੀਂ ਸਾਰੇ ਇਕੱਠੇ ਹੋਏ ਹੋ ਇਸ ਮਹੱਲੇ ਦੇ, ਪ੍ਰਧਾਨ ਸਾਹਿਬ ਵੀ ਸਾਡੇ, ਸਰਦਾਰ ਸੁਖਦੇਵ ਸਿੰਘ ਭਜਰਾਜ ਵੀ ਸਾਡੇ ਕੋਲ ਪੁੱਜੇ ਆ, ਤੁਹਾਡਾ ਸਾਰਿਆਂ ਦਾ ਪਹਿਲਾਂ ਤਾਂ ਧੰਨਵਾਦ ਆ, ਤੁਸੀਂ ਇਕੱਠੇ ਹੋਏ ਹੋ ਕੰਮ ਦੇ ਦੇਣੇ ਅੱਜ ਕੱਲ੍ਹ, ਪਰ ਹੋਏ ਥੋੜ੍ਹੇ ਲੇਟ। ਇਹ ਮੁੱਦੇ ਦੇ ਉੱਤੇ ਗੱਲ ਜਿੱਦਣ ਇਹ ਸੜਕ ਦਾ ਕੰਮ ਚਾਲੂ ਹੋਇਆ ਸੀ ਅਤੇ ਮੈਂ ਕਾਲਾਂ ਵਾਲੀਆਂ ਨੂੰ ਅਤੇ ਚਾਕਾਂ ਵਾਲੀਆਂ ਨੂੰ ਰੌਲਾ ਪਾ ਦਿੱਤਾ ਸੀ ਅਤੇ ਮਿੱਤਰੋ ਇਹ ਸੜਕ ਜਿਹੜੀ ਬੱਜਣ ਡਈ ਆ ਜਾਂ ਡੇਰੇ ਜਿਹੜਾ ਕੋਰੀਡੋਰ ਬੱਜ ਗਿਆ ਵਾ, ਕਾਲਾਂ ਵਾਲੀ ਤੋਂ ਲੈ ਕੇ ਚੌਂਕ ਤੋਂ ਲੈ ਕੇ ਮਾਨਾ ਤੋਂ ਲੈ ਕੇ ਗਾਂ ਬਾਰਡਰ ਤੱਕ, ਇਹ ਕੋਰੀਡੋਰ ਨੇ ਮਗਰਲੇ ਬੰਨੇ ਪਿੰਡ ਡੋਬ ਦੇਣੇ ਨੇ ਸਾਰੇ, ਜੇ ਕਿਤੇ ਦਰਿਆ ਨੇ ਤੁਸੀਂ ਤੋੜ ਦਿੱਤੀ ਅਤੇ ਇਹ ਲੋਕਾਂ ਦਾ ਮਾਲ ਦਾ ਵੀ ਨੁਕਸਾਨ ਹੋਣਾ, 88 'ਚ ਜਾਨਾਂ ਦਾ ਵੀ ਨੁਕਸਾਨ ਹੋਇਆ ਅਤੇ ਪਸ਼ੂਆਂ ਦਾ ਵੀ ਨੁਕਸਾਨ ਹੋਇਆ, ਫਸਲਾਂ ਦਾ ਤਾਂ ਹੋ ਹੀ ਜਾਂਦਾ। ਮੈਂ ਜੋਤ ਸਿੰਘ ਪਿੰਡ ਬਰਿਆਰ ਤੋਂ ਬੋਲਦਾ ਹੈ ਜੀ। ਜੋ ਅਸੀਂ ਮਸਲਾ ਰੱਖਿਆ, ਮਸਲਾ 'ਚ ਪਾਣੀ ਦਾ ਮਸਲਾ ਹੈ, ਰੋਡ ਜਦੋਂ ਪਾਣੀ ਵੱਧ ਜਾਂਦਾ ਸੀ ਬਹੁਤ ਜ਼ਿਆਦਾ, ਉਦੋਂ ਇੱਥੋਂ ਪੁਲ ਤੋਂ ਲਾ ਕੇ ਚਾਕਾਂ ਵਾਲੀ ਤੱਕ ਸੜਕ ਦੇ ਉੱਪਰ ਆਉਂਦੀ ਪਾਣੀ, ਡੇਢ ਫੁੱਟ ਪਾਣੀ ਵੱਗਦਾ ਸੀ। ਹੁਣ ਇਸ ਤਰ੍ਹਾਂ ਹੋ ਗਿਆ ਵੀ ਪੁਲ ਵੱਜਿਆ, ਛੋਟਾ ਵੱਜਣ ਡਿਆ ਹੈ, ਉਹਦੇ ਕਰਕੇ ਸੜਕ ਵੀ 5 ਫੁੱਟ ਉੱਚੀ ਹੋ ਗਈ ਆ। ਹੁਣ ਜਿੰਨਾ ਪਾਣੀ ਸਾਰਾ ਪੁਲ ਦੇ ਵਿੱਚ ਦਾਖਾਂ ਨੇ ਨਹੀਂ ਲੰਘਿਆ ਜਾਊਗਾ। ਮੈਂ 88 ਦਾ ਹੜ੍ਹ ਵੇਖਿਆ, 93 ਦਾ ਹੜ੍ਹ ਵੇਖਿਆ ਹੈ, ਉਹ ਹਾਲਾਤ ਜੋ ਹੁੰਦੇ ਸੀ ਸਮੇਂ 'ਚ ਉਹ ਕਈਆਂ ਲੋਕਾਂ ਨੇ ਨਹੀਂ ਵੇਖੇ ਹੋਣਗੇ। ਹੁਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਧੰਨਵਾਦ ਜੀ ਜੋਤ ਸਿੰਘ ਜੀ, ਇਹਨਾਂ ਨੇ ਸਾਨੂੰ ਭਾਈ ਇਹਦੀ ਬਹਾਦਰੀ ਹੈ ਵੀਰ ਦੀ, ਇਹ ਮਿਹਨਤ ਕੀਤੀ ਹੈ, ਉਹ ਮਿਹਨਤ ਕੀਤੀ ਇਹ ਦੋ ਵੀਰ। ਹਾਂਜੀ ਭੋਇਰਾ ਸਾਹਿਬ ਇਕੱਤਰ ਹੋਏ ਹੋ ਅੱਜ ਸੱਕੀ ਨਾਲੇ ਦੇ ਉੱਪਰ, ਕੀ ਕਹਿਣਾ ਚਾਹੁੰਦੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੰਧਾਵਾ ਸਾਹਿਬ, ਸਾਡੇ ਕੋਲ ਨਾ ਇੱਥੇ ਏਰੀਏ ਦੇ ਕਿਸਾਨ ਪਹੁੰਚੇ ਸੀ, ਜਿਹੜੇ ਪਿੰਡ ਨੇ ਆ ਪਿਛਲੇ ਪਾਸੇ ਇੱਥੇ ਲੱਗਦੇ, ਚੱਕਾਂ ਵਾਲੀ ਹੈ, ਡੇਢ ਗੁਆਰ ਹੈ, ਬਰਿਆਰ ਹੈ, ਇੱਥੇ ਕਾਫੀ ਕਰੀਬ ਨਾ 35-40 ਪਿੰਡਾਂ ਦੇ ਕਿਸਾਨ ਪਹੁੰਚੇ ਸੀ ਸਾਡੇ ਕੋਲ ਇੱਕ ਮੰਗ ਪੱਤਰ ਲੈ ਕੇ, ਜਿਹਦੇ 'ਤੇ ਸਾਰੀਆਂ ਪੰਚਾਇਤਾਂ ਨੇ ਸਾਈਨ ਕੀਤੇ ਹੋਏ ਸਨ ਕਿ ਇਹ ਜੋ ਰਈਏ ਤੋਂ ਡੇਰਾ ਬਾਬਾ ਨਾਨਕ ਨੂੰ ਚਾਰ ਮਾਰਗੀ ਰਸਤਾ ਬਣ ਰਿਹਾ, ਜੋ ਇਹ ਸ਼ਾਇਦ ਭਾਰਤ ਮਾਲਾ ਪ੍ਰੋਜੈਕਟ ਤਹਿਤ ਹੈ ਜਾਂ ਕਿਵੇਂ ਵੀ ਹੈ, ਇਹਦੇ 'ਚ ਜਿਵੇਂ ਅਸੀਂ ਪਹਿਲਾਂ ਵੀ ਜਿਹੜੀ ਇੱਥੇ ਸਮੱਸਿਆ ਵਾ ਇਹਨੂੰ ਅਸੀਂ ਪਹਿਲਾਂ ਵੀ ਜਿਵੇਂ ਹਾਈਲਾਈਟ ਕਰ ਰਹੇ ਹਾਂ ਕਿ ਇਹ ਲੋਕ ਸਾਡੀਆਂ ਜ਼ਮੀਨਾਂ ਨੂੰ ਡੋਬਣ ਵਾਸਤੇ ਇਹ ਜਿਹੜਾ ਇੱਕ ਪ੍ਰਬੰਧ ਕੀਤਾ ਜਾ ਰਿਹਾ। ਇਹਨਾਂ ਦੀ ਵੀ ਇਹੀ ਮੰਗ ਹੈ ਕਿ ਇਹ ਬਿਲਕੁਲ ਜਿੱਥੇ ਅਸੀਂ ਖੜ੍ਹੇ ਹਾਂ ਇੱਥੇ ਨਾਲ ਹੀ ਸੱਜੇ ਪਾਸੇ ਇੱਥੋਂ ਜੋ ਇੱਕ ਸੱਕੀ ਆ ਰਹੀ ਹੈ, ਇਹ ਕਰੀਬ ਕਰੀਬ ਮੈਂ ਕਹਿ ਸਕਦਾ ਕਿ ਕਲਾਨੌਰ ਤੋਂ ਲੈ ਕੇ ਇੱਥੇ ਤੱਕ ਕੋਈ 50 ਪਿੰਡਾਂ ਦਾ ਜਿਹੜਾ ਪਾਣੀ ਦਾ ਨਾ ਬਰਸਾਤ ਦਾ ਜਿਹੜਾ ਨਿਕਾਸ ਸ਼ਾਇਦ ਵੱਧ ਏਰੀਆ ਹੋ ਸਕਦਾ ਹੈ, ਉਹ ਪਾਣੀ ਇੱਧਰ ਨੂੰ ਆਉਂਦਾ। ਜਿੰਨਾ ਕਿ ਇਹਨਾਂ ਨੇ ਇੱਥੇ ਰੱਖਿਆ ਉਹਦਾ ਰਸਤਾ ਪਾਣੀ ਵਾਸਤੇ, ਜਿੰਨਾ ਕੁ ਬਣਾ ਰਹੇ ਹੈ,
ਉਹ ਬਹੁਤ ਘੱਟ ਆ। ਇਹ ਇਲਾਕੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਸ ਚੀਜ਼ ਦਾ ਡਰ ਆ ਕਿ ਜਦੋਂ ਬਾਰਿਸ਼ ਹੁੰਦੀ ਹੈ ਤਾਂ ਇੰਨੇ ਪਾਣੀ ਨਹੀਂ ਖਿੱਚਣਾ ਲੋੜ ਮੁਤਾਬਕ, ਪਿੱਛੇ ਡਾਕ ਲੱਗਣੀ ਹੈ ਜ਼ਿਆਦਾ, ਉਹਦੇ ਨਾਲ ਫਸਲ ਖਰਾਬ ਹੋਣੀ ਹੈ। ਸੋ ਸਰਕਾਰ ਤੋਂ ਇਹ ਪੁਰਜ਼ੋਰ ਮੰਗ ਹੈ ਕਿ ਇਹ ਜਿਹੜਾ ਸਾਈਫਨ ਹੈ ਇਹਦਾ ਘੇਰਾ ਚੌੜਾਈ ਇਹਦੀ ਵਧਾਈ ਜਾਵੇ। ਹਾਂਜੀ ਖੁਸ਼ਹਾਲਪੁਰ ਸਾਹਿਬ, ਕੀ ਮਸਲਾ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਇੱਦਾਂ ਕਿ ਜਿਹੜਾ ਰਈਏ ਤੋਂ ਲੈ ਕੇ ਬਾਬਾ ਬਕਾਲਾ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਚਾਰ ਮਾਰਗੀ ਸੜਕ ਬਣ ਰਹੀ ਆ, ਉਹ ਜਿਹੜਾ ਡੇਰਾ ਬਾਬਾ ਨਾਨਕ ਤੋਂ ਲੈ ਕੇ ਸ਼ਿਕਾਰ ਮਾਛੀਆਂ ਕੋਟਲੀ ਤੱਕ ਜਿਹੜਾ ਉਹਦਾ ਡਿਜ਼ਾਇਨ ਆ ਉਹ ਬਹੁਤ ਗਲਤ ਡਿਜ਼ਾਇਨ ਬਣਿਆ, ਉਹਦੇ ਡਿਜ਼ਾਇਨ 'ਚ ਹੀ ਨੁਕਸ ਆ। ਇਹ ਸੜਕ ਦੇ ਜਿਹੜੀ ਸੜਕ ਦਾ ਲੈਵਲ ਆ, ਟੋਪ ਲੈਵਲ ਆ, ਜ਼ਮੀਨ ਤੋਂ ਕਈ ਥਾਵਾਂ 'ਤੇ 8-8 ਫੁੱਟ ਉੱਚਾ ਕਰ ਦਿੱਤਾ ਗਿਆ। ਇਹ ਇਲਾਕਾ ਰਾਵੀ ਦਰਿਆ ਦੀ ਮਾਰਥਲ ਆ, ਇੱਥੇ ਸੱਕੀ ਲੰਘਦੀ ਹੈ ਇੱਥੋਂ ਦੀ। ਅਸੀਂ ਬਚਪਨ ਤੋਂ ਵੇਂਦੇ ਆ ਰਹੇ ਹਾਂ ਕਿ ਤਕਰੀਬਨ ਹਰ ਸਾਲ ਬਰਸਾਤਾਂ 'ਚ ਇੱਥੇ ਹੜ੍ਹ ਆਉਂਦਾ ਅਤੇ ਸੇਮ ਦੇ ਨਾਲ ਇੱਥੇ ਫਸਲਾਂ ਖਰਾਬ ਹੋ ਜਾਂਦੀਆਂ ਨੇ। ਜਿਹੜਾ ਪੁਰਾਣਾ ਸੱਕੀ ਦਾ ਪੁਲ ਸੀ ਉਹ ਤੋੜ ਦਿੱਤਾ ਗਿਆ ਅਤੇ ਨਿਕਾ ਜਿਹਾ ਸੱਕੀ ਦਾ ਪੁਲ ਬਣਾ ਤਾ। 100 ਪਿੰਡ ਤੋਂ ਵੱਧ ਦਾ ਪਾਣੀ ਇਸ ਸੱਕੀ 'ਚ ਆਉਂਦਾ ਵਾ ਅਤੇ 100 ਪਿੰਡ ਦੇ ਲਾਗੇ ਚਾਗੇ ਜਿਹੜੀ ਫਸਲ ਆ ਇਹ ਬਰਬਾਦ ਹੋ ਜਾਣੀ ਆ। ਜਿਹੜੀ ਗਾਂ ਇਹ ਕੋਰੀਡੋਰ ਤੱਕ ਜਿਹੜਾ ਰੋਡ ਗਿਆ ਵਾ, ਜੇ ਰਾਵੀ ਦਰਿਆ ਟੁੱਟ ਗਿਆ ਅਤੇ 88 ਵਾਂਗੂ ਲੋਕ ਚੂਹਿਆਂ ਵਾਂਗੂ ਤਰਦੇ ਫਿਰਨਗੇ। ਅੱਗੇ ਸੈਂਕੜੇ ਪਸ਼ੂ ਮਰੇ ਸੀ, ਅੱਗੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਸੀ। ਸਾਨੂੰ ਆਹ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਲੋਕਾਂ ਨੂੰ ਡਰ ਆ ਵੀ ਹਰ ਸਾਲ ਤਾਂ ਸਾਡੀ ਫਸਲ ਹੀ ਮਰ ਜਾਣੀ ਆ, ਪਰ ਜੇ ਵੱਡਾ ਹੜ੍ਹ ਆ ਗਿਆ ਤਾਂ ਸਾਡੇ ਸੈਂਕੜਿਆਂ ਦੀ ਗਿਣਤੀ 'ਚ ਲੋਕ ਵੀ ਮਰਨਗੇ। ਸੋ ਨੈਸ਼ਨਲ ਹਾਈਵੇ ਅਥਾਰਟੀ ਨੂੰ ਇਸ ਗੱਲ ਦੀ ਚੇਤਾਵਨੀ ਆ ਵੀ ਇਹ ਜਿਹੜਾ ਇਹਦਾ ਦਰ ਜਿਹੜਾ ਵਾ ਇਹ ਵੱਡਾ ਕੀਤਾ ਜਾਏ ਤਾਂ ਕਿ ਬਰਸਾਤਾਂ ਅਤੇ ਹੜ੍ਹਾਂ ਦੇ ਦਿਨਾਂ 'ਚ ਇੱਥੋਂ ਪਾਣੀ ਨਿਕਲੇ, ਹੋਰ ਵੀ ਇੱਥੇ ਪੁਲੀਆਂ ਵੱਡੀਆਂ ਪਾਈਆਂ ਜਾਣ, ਮਗਰਲੇ ਬੰਨੇ ਡਾਫ ਨਾ ਲੱਗੇ। ਅਤੇ ਦੂਜੀ ਗੱਲ ਆ ਵੀ ਇਹਦੇ ਨਾਲ ਨਾਲ ਮਛਰਾਲੇ ਪਿੰਡ ਕਾਦੀਆਂ ਤੋਂ ਲੈ ਕੇ ਲੋਕਾਂ ਦੀਆਂ ਜ਼ਮੀਨਾਂ ਦੇ ਪਾਣੀ ਦੇ ਬਰਸਾਤਾਂ ਦੇ ਨਿਕਾਸ ਲਈ ਇੱਕ ਡਰੇਨ ਚੱਲਦੀ ਅਤੇ ਇੱਕ ਤਲਵੰਡੀ ਕਿਰਾਏ ਤੋਂ ਡਰੇਨ ਇੱਥੇ ਸੱਕੀ ਤੱਕ ਪੁੱਜਦੀ ਸੀ।